ਪਰਮ ਸਤਿਕਾਰਯੋਗ ਗੁਰੂ ਪਿਆਰੀ ਸਤਸੰਗਤ ਜੀਓ, ਨਿੱਘੀ ਗੁਰ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਵੱਲੋਂ ਗੁਰਬਾਣੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਰਾਗਾਂ ਨੂੰ ਸੁਖੈਨ ਪੱਧਤੀ ਦੇ ਦੁਆਰਾ ਸਾਡੇ ਨਵੇਂ ਸਿਖਿਆਰਥੀ ਬੱਚਿਆਂ ਵਾਸਤੇ ਮੈਂ ਕੁਝ ਰਾਗਾਂ ਦੀ ਜਾਣਕਾਰੀ ਦੇਵਾਂਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਿੱਚ ਗੁਰੂ ਸਾਹਿਬ ਨੇ ਸਾਡੇ 'ਤੇ ਅਪਾਰ ਬਖਸ਼ਿਸ਼ ਕੀਤੀ ਹੈ। ਰਾਗ ਦੀ ਥਾਲੀ ਦੇ ਵਿੱਚ ਸ਼ਬਦ ਨੂੰ ਪਰੋਸਿਆ ਗਿਆ ਹੈ। ਅੱਜ ਦੀ ਵੀਡੀਓ ਵਿੱਚ ਮੈਂ ਆਪ ਜੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ 31 ਸ਼ੁੱਧ ਰਾਗ ਹਨ ਉਹਨਾਂ ਬਾਰੇ ਜਾਣਕਾਰੀ ਦੇਵਾਂਗਾ। ਪਹਿਲਾ ਰਾਗ ਸ੍ਰੀ, ਦੂਜਾ ਮਾਝ, ਤੀਜੀ ਗੌੜੀ, ਚੌਥਾ ਆਸਾ, ਪੰਜਵਾਂ ਗੂਜਰੀ, ਛੇਵਾਂ ਦੇਵਗੰਧਾਰੀ, ਸੱਤਵਾਂ ਬਿਹਾਗੜਾ, ਅੱਠਵਾਂ ਵਡਹੰਸ, ਨੌਵਾਂ ਸੋੜ, ਦਸਵਾਂ ਧਨਾਸਰੀ, ਗਿਆਰਵਾਂ ਜੈਸਰੀ, ਬਾਰਵਾਂ ਟੋਡੀ, ਤੇਰਵਾਂ ਬਰਾੜੀ, ਚੌਦਵਾਂ ਤਲੰਗ, ਪੰਦਰਵਾਂ ਸੂਹੀ, ਸੋਲਵਾਂ ਬਿਲਾਵਲ, ਸਤਾਰਵਾਂ ਗੌਣ, ਅਠਾਰਵਾਂ ਰਾਮਕਲੀ, ਉੱਨੀਵਾਂ ਨਟਨੈਣ, ਵੀਹਵਾਂ ਮਾਲੀ ਗੌੜਾ, ਇੱਕੀਵਾਂ ਮਾਰੂ, ਬਾਈਵਾਂ ਤੋਖਾਰੀ, ਤੇਈਵਾਂ ਕਟਾਰਾ, ਚੌਵੀਵਾਂ ਭੈਰੋਂ, ਪੱਚੀਵਾਂ ਬਸੰਤ, ਛੱਬੀਵਾਂ ਸਾਰੰਗ, ਸਤਾਈਵਾਂ ਮਲਾਰ, ਅਠਾਈਵਾਂ ਕਾਨੜਾ, ਉਣੱਤੀਵਾਂ ਕਲਿਆਣ, ਤੀਹਵਾਂ ਪ੍ਰਵਤੀ, ਇਕੱਤੀਵਾਂ ਜੈ ਜੈ ਬੰਤੀ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ 31 ਰਾਗ ਸ਼ੁੱਧ ਹਨ, 31 ਮਿਸ਼ਰਤ ਹਨ। ਉਹ ਅਗਲੀ ਵੀਡੀਓ ਵਿੱਚ ਮੈਂ ਇਸ ਦੀ ਜਾਣਕਾਰੀ ਦੇਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।